हेलो गाइस, ये बहुत लेट जानी वीडियो। आज किन तरीक है? मात्रा आज कितनी? चार चार तारीख है। तारीख चार वीजा आ गया। मैं एन आप सेलिब्रेट कर कर के ना उदो लगी मैं ब्लॉग स्टार्ट करन। मीनू इहदा बीपी लो आ, इहदे अज फिर दवाई लैके आए हैं। आप नहीं मैं भैन नहीं मैं भैन मीनू दस हूँ आप कन्फ्यूज आ कि पहला किनू दसीए। दोवे च एक उंगली चौन सचो सच वाली। उधर वाली मम्मी आई मीनू पहला छोट हूं सारे ना पहला दस देंगे राम ना ऐदा कर दे। मीनू छोट हूं ला ली मास्टर, एक मम्मी नू तू ला ला, एक मम्मी नू मैं ला ली ताकि सब बराबर रहन। इन्नी कंफ्यूज आप पिछले तीन चार मिनट तो सोच रहे कि आप किनू लाइए। पहला मैं फोन चकिया नहीं, मैं तो यकीन है। मीनू तेनू तेन भी यकीन आ, मैनु भी यकीन आ। चलो फोन करिए, चलो फोन करिए सारे अनु, चलो फोन करिए सारे अनु। अच्छा आ गया मीनू दा वीजा। मीनू दा वीजा आ गया। हां जी कौन कहंदा? ओदा फोन आया सी, ओनू मेल आ गई, पासपोर्ट आ जाना एक दो दिन तक। दस रही धीमी धीमी आवाज। हुण मैं लाया बटाले वाली मम्मी नूं। हैलो हां जी मम्मी सत श्री अकाल, की करदे? ਉਹੀ ਬਾਹਰ ਬੈਠੀ ਸੀ, ਬਾਹਰੋਂ ਬੈਠੀ ਬੈਠੀ ਉੱਠ ਕੇ ਅੰਦਰ ਨੂੰ ਆ ਗਈ ਆ। ਬਾਕੀ ਧੋਤੀ ਦਾ ਟੀਵੀ ਲਾ ਕੇ ਬਹਿ ਗਈ, ਉਦਾਂ ਹੀ ਬਾਹਰ ਬੈਠੀ ਸੀ ਉਦਾਂ ਹੀ। ਅੱਛਾ ਬਾਕੀ ਡੈਡੀ ਬਾਹਰ ਬੈਠੇ ਆ। ਅੱਛਾ ਮੀਨੂ ਦਾ ਵੀਜ਼ਾ ਆ ਗਿਆ, ਆ ਵਧਾਈ ਹੋਵੇ। ਹਾਂਜੀ ਬਹੁਤ ਬਹੁਤ ਹੈ। ਹਾਂਜੀ ਜੀ ਆ ਲਓ, ਇੰਨਾ ਵੀ ਕਰੋ ਗੱਲ। ਹੈਂ ਤੂੰ ਦੱਸਿਆ ਜੇ ਮੈਂ ਦੱਸ ਕੇ ਆਵਾਂ? ਰੁਕ ਜਾ ਮੈਂ ਦੱਸਦੀ ਆ, ਲਓ ਕਰੋ ਮੀਨੂ ਨਾਲ ਗੱਲ। ਹੈਲੋ थोड़ी ओ होई ओ बेचारी। मोटू दा भी आ गया। हेलो हेलो हां जी वधिया वधाइयां। तुहानू भी बहुत बहुत ਸਾਰਿਆਂ ਨੂੰ ਕਰ ਦਿੱਤਾ ਮੈਂ ਫੋਨ, ਫੇਰ ਤੁਹਾਨੂੰ ਕੀਤਾ। ਅੱਛਾ ਵਧਾਈ ਹੋਵੇ ਨਾ, ਇਹਦੇ ਰੋਟੀ ਰਾਟੀ ਖਾ ਰਹੇ। ਮੈਂ ਵੀ ਕਿਹਾ ਮਾਸਟਰ ਜੀ ਨੂੰ ਤਾਂ ਆਪਾਂ ਭੇਜਤਾ ਸਮਾਨ ਸਮੂਨ ਲੈਣ। ਹੁਣ ਆਈ ਸਾਹਿਲ ਦੀ ਵਾਰੀ, ਇਹਨੂੰ ਤਾਂ ਵੀਜ਼ਾ ਆ ਗਿਆ। ਹਾਂਜੀ ਹਾਂਜੀ ਮੰਮੀ ਦੱਸ ਦਿੱਤਾ ਤਾਂ ਪਾਪਾ ਜੀ। ਚੱਲ ਚੰਗਾ ਓਕੇ, ਇਹਨੂੰ ਨਹੀਂ ਗੱਲ ਕਰਨੀ ਆਣੀ, ਮੈਨੂੰ ਵੀ ਹੱਸਣ ਲੱਗ ਪਈ, ਇਹਨੂੰ ਨਹੀਂ ਆਣੀ। ਅੱਛਾ ਚੰਗਾ ਕਹਿੰਦਾ ਠੀਕ ਆ। बस बहुत बहुत बधाईयां तुहानू भी। ਸਾਡੇ ਫੌਜੀ ਦਾ ਫੋਨ ਆਇਆ, ਫੌਜੀ ਦਾ। ਅੱਛਾ ਇਹਨੂੰ ਕਿਤੇ ਪਤਾ ਲੱਗਾ ਟਾਈਫਾਇਡ ਹੋਇਆ? ਨਿਕਲ ਜਾਣੀ ਉਹ ਚੈੱਕ ਬੁੱਕ ਹੈ ਗਈ ਹੈ। ਫੋਨ ਵਿਚਾਰਿਆ ਦਾ ਮਾਸਟਰ ਜੀ ਦਾ ਫੋਨ ਦੇਖੋ ਜੀ। ਹੈਲੋ ਹਾਂਜੀ, ਮੈਂ ਰੈਂਡਮ ਬਿਲਕੁਲ ਸਟਾਰਟ ਕੀਤਾ। ਦੇਖੋ ਆਪਾਂ ਜਿੱਦਾਂ ਘਰ ਸੀ ਅੱਧੇ ਚੱਲੇ ਹਾਂ, ਅੱਜ ਮੈਂ ਤੁਹਾਨੂੰ ਆਪਣੀ ਸ਼ਕਲ ਇਸ ਲਈ ਦਿਖਾਈ ਮਾੜੀ ਜੀ ਕਿ ਆਪਾਂ ਜਾ ਰਹੇ ਸੀ ਇਹਨੂੰ ਐਡਮਿਟ ਕਰਵਾਉਣ। ਸਵੇਰੇ ਵੀ ਗਏ ਹੋਸਪਿਟਲ, ਕੋਈ ਕੱਲ੍ਹ ਤਾਂ ਮੈਂ ਕੋਈ ਵਲੌਗ ਨਹੀਂ ਸੁਣਾਇਆ। ਉਹ ਤਾਂ ਮਾੜੀ ਜੀ ਮੈਂ ਕਲਿੱਪ ਲਈ ਸੀ, ਬਿਲਕੁਲ ਮਾੜੀ ਜੀ। ਉਹ ਵੀ ਮੈਂ ਕਦੇ ਵੀ ਇੱਦਾਂ ਲੈਣੀ ਨਹੀਂ ਹੁੰਦੀ ਹੋਸਪਿਟਲ ਦੀ, ਉਹ ਇਸ ਲਈ ਕਿ ਉਸ ਦਿਨ ਮਤਲਬ ਅਸੀਂ ਸਾਨੂੰ ਬਹੁਤ ਖੁਸ਼ੀ ਸੀ ਉਸ ਦਿਨ ਮਾਸਟਰ ਦਾ ਫੋਨ ਵੀ ਟੁੱਟ ਗਿਆ, ਉਹ ਦਿਨ ਇਹਨੂੰ ਵੀ ਐਡਮਿਟ ਕਰਾਉਣਾ ਪਿਆ। ਮੇਰਾ ਫੋਨ ਟੁੱਟ ਕੇ ਖੁਸ਼ੀ ਉਹ ਮਤਲਬ ਪਤਾ ਨਹੀਂ ਕੱਲ੍ਹ ਦੇ ਆਪਾਂ ਇੱਦਾਂ ਹੀ ਹੈ ਤੇ ਹੁਣ ਜਿੱਦਾਂ ਜਿੱਦਾਂ ਉੱਧਰੋਂ ਕਾਲ ਆਈ ਜਾਂਦੀ ਆ ਪ੍ਰੋਸੀਜਰ ਆ। ਹੁਣ ਉਹਨਾਂ ਦਾ ਪਹਿਲਾਂ ਮੈਸੇਜ ਆਇਆ, ਫਿਰ ਆਪਾਂ ਜਾਣੂ ਉਹਨਾਂ ਦਾ ਮੈਸੇਜ ਆਇਆ ਕਿ ਪਾਸਪੋਰਟ ਕਲੈਕਟ ਕਰਨ ਲਈ ਸਾਨੂੰ ਟਾਈਮਿੰਗ ਵਗੈਰਾ ਕੁਛ ਨਹੀਂ ਸੀ ਪਤਾ। ਉੱਧਰੋਂ ਆਪਾਂ ਇਹਨੂੰ ਗੱਡੀ 'ਚ ਲੈ ਕੇ ਹਲੇ ਚੱਲੇ ਹੀ ਸੀ ਘਰ ਤੋਂ, ਤੇ ਇਹ ਪਤਾ ਨਹੀਂ ਤੁਹਾਨੂੰ ਕਦ ਬਲੌਗ ਦੇਖਣ ਨੂੰ ਮਿਲਣੇ ਆ। ਇਹ ਮਤਲਬ ਕਿ ਐਜ਼ ਏ ਮੈਮਰੀ ਹਨਾ, ਮੈਨੂੰ ਇਹ ਮੈਂ ਪਾ ਸਕਦੀ ਨਾ ਇਦਾਂ। ਹਾਂ ਇਹ ਵੈਸੇ ਆ, ਤੇ ਆਪਾਂ ਕੱਲ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇਹਨੂੰ ਨਹੀਂ ਫਰਕ ਬਿਲਕੁਲ ਵੀ ਨਹੀਂ ਆ। ਤੇ ਹੁਣ ਫਿਰ ਕਿਤੇ ਹੋਰ ਲੈ ਕੇ ਚੱਲੇ, ਹੁਣ ਦੇਖਦੇ ਕੀ ਕਰਦੇ ਆ।
ਫਿਰ ਕੱਲ ਨੂੰ ਸਵੇਰੇ 9 ਵਜੇ ਸਾਨੂੰ ਉੱਥੇ ਪਹੁੰਚਣਾ ਪੈਣਾ। ਹੁਣ ਇਹਨੂੰ ਐਡਮਿਟ ਵੀ ਨਹੀਂ ਕਰਵਾ ਸਕਦੇ ਕਿਉਂਕਿ ਜਦੋਂ ਐਡਮਿਟ ਕਰਤਾ ਫਿਰ ਉਹਨਾਂ ਨੇ ਨਹੀਂ ਦੇਣੀ ਛੁੱਟੀ 2-3 ਦਿਨ ਤੋਂ ਪਹਿਲਾਂ, ਔਰ ਸਵੇਰੇ 9 ਵਜੇ ਦਾ ਪਾਸਪੋਰਟ ਕਲੈਕਟ ਕਰਨਾ ਆਪਾਂ। ਪਤਾ ਨਹੀਂ ਜੋ ਵੀ ਹੋਇਆ ਜਿੱਦਾਂ ਵੀ ਹੋਇਆ ਸਾਰਾ ਇਸੇ ਬਲੌਗ 'ਚ ਤੁਹਾਨੂੰ ਦੇਖਣ ਨੂੰ ਮਿਲਣਾ ਆ। ਚਲੋ ਹੁਣ ਗੱਡੀ ਜਿਵੇਂ ਕਿ ਓਪਨ ਕਰਦੇ ਹਨਾ ਜੀ, ਜਲਦੀ ਵਜਾਤਾ ਰੱਖਿਆ, ਜਲਦੀ ਵਜਾਉਂਦਾ ਕਹਿਣਾ ਉਹਨਾਂ ਨੂੰ। ਸਹੀ ਗੱਲ ਆ ਮਾਸਟਰ ਨੇ ਬਈ, ਪੂਰੇ ਟਾਈਮ ਆਪਾਂ ਦੇਖੋ ਵਿਹਲੇ ਵੀ ਹੋ ਗਏ ਸਵਾ ਨੂੰ, ਸਾਡੇ ਸਾਰੇ ਸਾਹਮਣੇ ਲੱਗੇ ਆਪਾਂ ਓਪਨ ਕਰਨ। ਇੱਦਾਂ ਦੇਖੋ ਬੇ ਤਾਂ ਯਕੀਨ ਨਹੀਂ ਹੁੰਦਾ। ਫੋਨ ਦੇਖੋ 3 ਦਿਨ ਹੋ ਗਏ ਅੱਜ, ਕੁਛ ਤਾਂ ਹੋਵੇ ਨਾ। ਸੇਮ ਡੇ ਜਾ ਰਹੇ ਮਾਸਟਰ ਜੀ ਦਾ ਫੋਨ, ਜਿਹੜਾ ਬਿਮਾਰ ਹੋਏ ਆ ਹੁਣ ਉਹ ਠੀਕ ਕਰਾਉਣ। ਬਹੁਤ ਬਿਮਾਰ ਆ ਬੇਚਾਰਾ, ਬੇਚਾਰਾ ਬਿਮਾਰ ਕੀ ਜੀ ਆਈ ਸਮਝੋ, ਕੋਮਾ ਜਾ। ਦਿਖਾਲਤਾ ਸੀ ਜੀ, ਮੈਂ ਦਿਖਾਲਤਾ ਸੀ, ਹੁਣ ਤੇ ਕੁੱਖ ਵੀ ਨਹੀਂ ਆ। ਦਿਖਾਲਤਾ ਸੀ, ਹੁਣ ਆਉਂਦਾ ਹੀ ਨਹੀਂ ਆ। ਚਲੋ ਕੋਈ ਨਹੀਂ। ਹੈਲੋ ਗਾਇਜ਼, ਇਹ ਮੈਂ ਬਲੌਗ ਸ਼ੂਟ ਕਰ ਰਹੀ ਹਾਂ ਬਾਅਦ ਵਾਲੇ ਬਲੌਗ ਲਈ। ਦੀਦੀ ਇਹ ਉਹ ਵਾਲਾ ਬਲੌਗ ਹੈ ਜਿਸ 'ਚ ਸਾਰਿਆਂ ਨੂੰ ਦੱਸਣਾ, ਮਤਲਬ ਅੱਜ ਛੋਟੂ ਦਾ ਮੈਡੀਕਲ ਆ, ਮੈਨੂੰ ਦਾ ਆ ਗਿਆ ਸੀ, ਤੁਸੀਂ ਦੇਖਿਓ ਤੱਕ ਬਲੌਗ ਇਹਦਾ ਵੀਜ਼ਾ ਆ ਗਿਆ ਸੀ, ਹੁਣ ਛੋਟੂ ਕੱਲ੍ਹ ਆਇਆ, ਉਹ ਸਾਰਾ ਬਲੌਗ ਚੱਲ ਜਾਣਾ ਪਹਿਲਾਂ, ਅਤੇ ਤੁਸੀਂ ਐਸਟੀਮੇਟ ਲਾ ਲਿਓ ਠੀਕ ਆ। ਅਤੇ ਆਹ ਵਾਲੀ ਉਹ ਵਾਲੀ ਕਲਿੱਪ ਆ, ਅੱਜ ਛੋਟੂ ਦਾ ਮੈਡੀਕਲ ਸੀ 8:30, ਔਰ ਅੱਜ ਮੇਰੀ ਵੀ ਬਾਇਓਮੈਟ੍ਰਿਕ ਆ 11 ਵਜੇ, ਕੁਦਰਤੀ ਸਾਡਾ ਦੋਵਾਂ ਦੇ ਇੱਕੋ। ਹਾਂ ਸਹੀ ਗੱਲ ਆ, ਤੁਹਾਨੂੰ ਸਾਰਿਆਂ ਕੁਦਰਤੀ, ਸਾਨੂੰ ਤਾਂ ਐਸਟੀਮੇਟ ਵੀ ਨਹੀਂ ਸੀ, ਮੇਰੀ ਅੱਜ ਬਾਇਓਮੈਟ੍ਰਿਕ ਆ ਗਈ ਆ। ਅਤੇ ਚਲੋ ਹੁਣ ਆਪਾਂ ਜਾ ਰਹੇ ਤੁਰਦੇ, ਔਰ ਇਹ ਦੋਵੇਂ ਬੰਦੇ ਗਏ ਆ ਮਾਸਟਰ ਜੀ ਔਰ ਛੋਟੂ ਇਹਨਾਂ ਦੇ ਮੈਡੀਕਲ ਨੂੰ, ਅਤੇ ਫੌਜੀ ਸਾਹਿਬ ਦੀ ਥੋੜ੍ਹੀ ਸਿਹਤ ਖਰਾਬ ਹੋਈ ਸੀ, ਉਹ ਹਾਲੇ ਰੂਮ 'ਚ, ਉਹਨਾਂ ਨੂੰ ਬਾਅਦ 'ਚ ਲੈ ਜਾਵਾਂਗੇ। ਮੈਂ, ਮੀਨੂ ਔਰ ਦੀਦੀ ਜਾ ਰਹੇ ਹਾਂ ਮੇਰੀ ਬਾਇਓਮੈਟ੍ਰਿਕ ਲਈ, ਮੇਰੀ ਜਦ ਤੱਕ ਬਾਇਓਮੈਟ੍ਰਿਕ ਹੋਣੀ, ਇਹ ਅਲਾਂਟੇ ਘੁੰਮ ਲੈਣਾ ਇਹਨਾਂ ਨੇ ਕਿਉਂਕਿ ਉੱਥੇ ਹੀ ਆ, ਹੈ ਨਾ ਦੀਦੀ? ਦੀਦੀ ਕਿੱਦਾਂ ਫੀਲ ਹੋ ਰਿਹਾ ਆ? ਮੇਰੇ ਤੇ ਤੁਸੀਂ ਲਾ ਲਓ ਹਿਸਾਬ, ਨਾ ਇਹਨੇ ਚੋਕਲੇਟ ਖਾਣੀ, ਨਾ ਟੋਫੀ ਖਾਣੀ, ਧੁੱਪ ਚ ਨਹੀਂ ਨਿਕਲ ਸਕਦਾ, ਔਰ ਪਰੌਂਠੇ ਨਹੀਂ ਖਾਣੇ, ਹੋਰ ਵੀ ਕਿੰਨਾ ਕੁਛ ਹੈ ਇਹਦੇ। ਬਾਏ, ਬਾਕੀ ਸਨ ਛੱਡ ਕੇ ਚਲੇ ਗਏ, ਇੰਨੀ ਸ਼ੋਪਿੰਗ ਹੋਈ ਬਾਕੀ ਗੱਡੀ 'ਚ। ਫਾਈਨਲੀ ਅੱਜ ਆਪਾਂ ਬੈਗ ਲੈ ਆਏ ਆ, ਸਾਰੇ ਲੈ ਆਉਂਦੇ ਅੱਜ ਜਾ ਕੇ। ਕੀ ਗੁਲਾਬ ਜਾਮਣ ਖਾ ਲਾਂਗੇ, ਆਹ ਜਿਹੜੀ ਆਪਾਂ ਅੱਜ ਸ਼ੋਪਿੰਗ ਕੀਤੀ ਨਾ, ਆ ਟਾਵਲ ਵਗੈਰਾ, ਆ ਬੈੱਡ ਸ਼ੀਟ, ਆ ਥੱਲੇ ਕਿੰਨੀਆਂ ਪਈਆਂ ਕੋਟਨ ਦੀਆਂ, ਉਹ ਵਾਲੀਆਂ ਉਹ ਮੰਮੀ ਨੂੰ ਲੱਗੀ ਦਿਖਾਣ, ਮੈਨੂੰ ਮਾਸਟਰ ਜੀ ਨੇ ਇੱਦਾਂ ਸਾਰੇ ਜਾਣੀ, ਮੰਮੀ ਦੇਖ ਲਓ ਬੋਲਣਾ ਨਹੀਂ ਇਹਨਾਂ ਨੇ, ਦੇਖ ਲਓ ਜਦੋਂ ਮੈਂ ਕੈਮਰਾ ਔਨ ਕਰ ਲਿਆ ਉਦੋਂ ਇਹਨੇ ਮੈਨੂੰ ਗੱਲ ਨਹੀਂ ਕਰਨ ਦੇਣੀ। ਹਲੋ ਜੀ, ਤੈਨੂੰ ਨਹੀਂ ਲੈਂਦੀ, ਪੈਕਿੰਗ ਲੱਗੀ, ਪੈਕਿੰਗ ਲੱਗੀ ਸਟਾਰਟ। ਹੁਣ ਆਹ ਮੀਨੂ ਦਾ ਬੈਗ ਆ, ਉਹ ਛੋਟੂ ਦਾ ਆ, ਆਏ ਤਾਂ ਸਰਦੀਆਂ ਦੇ ਕੱਪੜੇ ਕੱਢੇ, ਉਹਦੇ ਨਵੇਂ ਲਿਆਂਦੇ ਉਹ ਆ। ਚੱਲੇ ਵਾਪਸੀ ਮਾਸਟਰ ਜੀ, ਅੱਜ ਸਾਡੇ ਨਾਲ ਚੀਫ ਗੈਸਟ ਵੀ ਹੈ ਇੱਕ, ਚੀਫ ਗੈਸਟ ਬੀਬੀ ਰਣਜੀਤ ਕੌਰ। ਛੋਟੂ ਕਿੱਦਾਂ ਦਾ ਲੱਗਾ ਤੈਨੂੰ? ਮੀਨੂ ਵਧਾਈਆਂ।
ਹੈਲੋ ਹਾਂਜੀ ਕੀ ਕਰਦੇ ਫੌਜੀ ਸਾਹਿਬ ਕੁਛ ਨਹੀਂ ਵੇਲੇ ਮੇਰਾ ਵੀਜ਼ਾ ਆ ਗਿਆ ਚਲੋ ਫਿਰ ਤਾਂ ਵਧਾਈਆਂ ਤੁਹਾਨੂੰ ਹਾਂਜੀ ਅੱਛਾ ਜੀ ਹੋਰ ਦੀਦੀ ਕਿੱਥੇ ਦੀਦੀ ਤਾਂ ਘਰੇ ਆ ਮੈਂ ਥੋੜਾ ਇੱਧਰ ਵਾਲ ਕਟਾਉਣ ਆ ਗਿਆ ਵੀਜ਼ਾ ਆ ਗਿਆ ਹੁਣ ਤਾਂ ਆ ਗਿਆ ਹਜੇ ਫੋਨ ਕਰਕੇ ਅੱਛਾ ਹਾਂ ਤਾਂ ਮੈਂ ਬਾਹਰ ਆਇਆ ਲਈ ਹੋਈ ਅੱਛਾ ਜੀ ਹਾਂਜੀ ਥੈਂਕ ਯੂ ਥੈਂਕ ਯੂ देखो कितने लेट आ 8:55 पासपोर्ट लैन हेलो गाइस यह नेक्स्ट डे और आज है मम्मी का बर्थडे जब हम चले थे तब टाइम था ले पचा देना मास ने पचा देना है हेलो हां जी जी यह है नेक्स्ट डे ये व्लॉग है ओड़ा साडा बिजी वाला व्लॉग चल रहा है ना मीनू वाला ये वही और आज 16 तारीख आज मम्मी का बर्थडे है और आज साडे गुरुद्वारा साहब प्रोग्राम है मतलब अचानक और अज मेरा वीजा आया या अब पासपोर्ट लैन चलते हैं और सानू बिल्कुल एस्टीमेट नहीं सी कि इतनी जल्दी आजूगा मैंने चार दिन बस इन्ने आ गया मतलब बिल्कुल जिन्होंने जीरो बिल्कुल एस्टीमेट नहीं सी मेन मीनू दा सीगा और मास्टर जी बैठे जी थानू किदा दा फील हो रहा बस वधिया जी पता नहीं फिगर मैनू तो इदा कुछ जिदा एक चा हुंदा वो भी नहीं मैनू मीनू दी वन ज्यादा चा सीगा ना पासपोर्ट लेके मिलती है हेलो हां जी फाइनली वीजा आ गया या और मेनू यकीन जने ना ना मास्टर तन्नू भी मैं कदे सोचया नहीं थी ना इसलिए ना एक ना सपना हुंदा बार बार जाण दा कुछ भी नहीं सोचया कोई नहीं कुछ नहीं कहंदा कुछ भी नहीं सी मतलब कि मैं खुद हैरान मैं यकीन नहीं हुंदा हैगा मास्टर ओ भी इन्नी छेती मेनू और गल छड़ो कल जदों मेनू कॉल आई ना मैं थोनू एक छोटी जी स्टोरी दसदी हां स्किप ना करियो जो मैंने कल कॉल आई ना क्योंकि मीनू तो बीमार सी ओदियां भी कॉल सारियां मैं अटेंड कीतियां कंग्रेचुलेशन सारियां मैंने मिल गईयां उह तो जदों मैंने कल कॉल आई ना मम्मी हुणी नाल आपां उदों गड्डी च सीगे हैं इह उह ब्लॉक सी जदों आपां बटाले तो घर नूं आंदे सी मम्मी दे बर्थडे लई नवां शहर नूं ते कहिंदे कि साडा वीजा आ गया मैं पता नहीं की किहा जदों मैनूं जिन्ना को आपां अप्लाई कीता रहिंदा मैं कहा इन्नी छेती उह अगली मैनूं कंग्रेचुलेशन कहू कल तूं पागल है जी कहिंदी है दस पागल चलो हुण आपां घर मुड़ के चले हाँ जी हूँ मैं आई अपनी इधर वाली मम्मी को पीके वाली को इन्हों पहला दिखाने वीजा लग गया क्योंकि मम्मी थोड़ी बीमार जी सी आ गई ऐदा कर ली कहना अच्छा कुछ नहीं कहना इन्हें कहना मेरा भी आ गया सोलह तरीक मम्मी कहते सांता वाले दिन मम्मी ने मैं ऐदा बधाइया दिखा सिर्फ मेरा भी आ गया ऐ छेती आ गया ना छेती आ गया मेरा मोटी को पसंद करा रहे हैं।
ਨਾ ਫਾਈਨਲੀ ਕੇਕ ਸਾਈਡ ਹੋਇਆ ਔਰੇ ਆਲੋ ਜੀ ਮਤ ਲਿਆ ਗਿਆ ਕੇਕ ਹੁਣ ਆਪਾਂ ਹੁਣ ਫ੍ਰੀ ਹੋਏ ਸ਼ਹਿਰ ਦੇ ਕੰਮ ਤੋਂ ਲੈ ਲੋ ਕੇ ਸ਼ਹਿਰ ਤੋਂ ਹੁਣ ਆਪਾਂ ਰੱਖ ਲੈਣਾ ਦੌਲਤ ਪਰ ਆਲੋ ਸਹੀ ਲੈ ਜਾ ਘਰ ਨੂੰ ਓਕੇ ਫ੍ਰਿਜ ਤੇ ਰੱਖ ਦੀ ਹੈ ਨਾ ਨਾ ਫ੍ਰਿਜ ਨਾ ਲੱਗੀ ਉਹ ਤਾਂ ਹੀਟਰ ਤੇ ਰੱਖਣਾ ਸੀ ਚੱਲ ਹੁਣ ਆਪਾਂ ਮੰਮੀ ਨੂੰ ਲੈ ਕੇ ਆਨੇ ਆ ਕਿੰਨੇ ਬੱਚ ਪੈਣੇ ਆ ਓ ਮਾਸਟਰ ਨੂੰ ਤਸੱਲੀ ਨਿਆਣੀ ਮੰਮੀ ਜਾਂਦੇ ਐ ਤੁਹਾਨੂੰ ਪ੍ਰੈਸ ਕੀਤਾ ਨਹੀਂ ਤੁਹਾਡੇ ਜਨਮ ਦਿਨ ਤੇ ਦੇਣਾ ਆ ਗਏ ਛੋਟੀ ਹੋਈ ਵੀ ਹੋਲੀ ਮੇਰਾ ਵੀ ਹੱਥ ਨਹੀਂ ਬਹੁਤ ਐਡਾ ਬੱਚਾ ਜੱਦੀ ਬਾਰੇ ਲਾ ਆ ਗਏ ਵੀ ਗਲਤ ਨਹੀਂ ਕੋਈ ਜੀ ਹੱਥ ਲੱਗਿਆ ਗਿਆ ਜਪਣ ਦਾ ਰਸ ਹੈ ਜਪਣ ਦਾ ਤਿਆਰੀ ਸਾਰੇ ਜਿਹੜੇ ਕੱਲ ਦੋ ਚੁੱਕੇ ਸੀ ਕਿੱਥੇ ਰੱਖੇ ਚੱਲੇ ਅਸੀਂ ਗੁਰਦੁਆਰਾ ਸਾਹਿਬ ਪਿੰਡ ਤੌਲਤ ਪਰ ਮੈਂ ਕਿੱਥੇ ਵੇ ਜਾਵਾਂ ਕਿੱਥੇ ਨੂੰ ਪੂਰੀ ਹੋਣੀ ਆ हेलो जी हाँ जी ये विजय वाला ब्लॉग आ अज तुम दस 16 तरीक ना साढ़े घर फंक्शन प्रोग्राम हम लोग गुरुद्वारा साहब घर नहीं अज हम सू पता लगे कल छोटू की बायोमैट्रिक सो आप गुरुद्वारा साहब तो हमें थोड़ा जहा ज्यादा लंगा छक के छोटू है ना तो हम आप जा रहे पासपोर्ट कलैक्ट करने क्योंकि कल ही बायोमैट्रिक आ गई है हाँ जी हूं जा रहे सेवा करके एन गिले हो गए कपड़े एन सारे बस तैयारी हूं लंगर छकान दी सारे आ गए असि अपने बर्तन वाली साइड देखो जरा आए छोटू ही तो तुम बिठाना हूं मास्टर रोको पहला कोई छबील बरतान तो वधिया वधिया ठीक है बहुत वधिया आ मम्मी अपना मुंडा देख लो जरा आ गए असि घर माता जी का केक जी माता जी फटाफट चलिए सिंपल जहा सासू मां पुछदे नाले कितने साल दी हो गई आ नौ नंबर वन आ नौ नंबर टू आ मुंडे उन्हां दे अंदर ही आ चल भी मैं वीडियो बनानी है ना चलो कटो सारे आप ओदा भी लिया गिफ्ट कोई नहीं आ पिछले साल जो मम्मी ने गिफ्ट है केड़ा गिफ्ट गिफ्ट देख दी गड्डी मम्मी आ जाओ मम्मी ने साडे खिलौने कढ के रखे एक गिफ्ट चक लो एक जहाज एक गड्डी एक आज जहाज फोटो शूट कर मेनू सोहनी सोहनी खिंच मम्मी की फोटो फिर मेरी मम्मी सोहनी आ गई माणी भूआ कहते अपनी बहुत तकड़ा मम्मी तुसी किन्ने साल दे हो गए वैसे चल कोई गल नहीं मम्मी पूछेगी पैंट चल पैंट बोलो हैप्पी बर्थडे टू यू हैप्पी बर्थडे टू यू हैप्पी बर्थडे माता जी इंदी एदा हुण बर्थडे बीबी रंजीत बीबी रंजीत कौर चम चले आंदा ही नहीं कोई नहीं अपने बंदे आ बीबी रंजीत कौर मम्मी डैडी ने विश की
ਨਾ ਪਹਿਲੀ ਵਾਰ ਨਿਆਣਿਆਂ ਵੱਲੋਂ ਕੋਈ ਨੀ ਇਧਰ ਕੁੜਮਣੀ ਨੇ ਦੇ ਅਮਾ ਰਹਿਣ ਤੋਂ ਕੋਈ ਫਾਇਦਾ ਨੀ ਆ ਕਹਿੰਦੀ ਸਾਡੇ ਘਰ ਅੱਜ ਪਹਿਲੀ ਵਾਰੀ ਬਰਥਡੇ ਮਨਾਇਆ ਮੰਮੀ ਏਦਾਂ ਕਿੱਦਾਂ ਮੰਮੀ ਨੇ ਬੈਗ ਉਨਾ ਕ ਲਿਆਂਦਾ ਅਮਾ ਇੰਨਾ ਮਜ਼ਾ ਆਉਂਦਾ ਜੀ ਫੋਨ ਛੱਡ ਦੋ ਚਲੋ ਫੋਟੋ ਖਿੱਚ ਲੈਣੇ ਫੋਟੋ ਜਾ ਰਹੇ ਵਾਪਸ ਅਸੀਂ हो गया बहुत बढ़िया प्रोग्राम जा रहे हूं आप वापस मम्मी कितना दा रहा था जन्मदिन आज इतना बिजी है पौने 11 हो चले मास्टर जी नु डीकते हैं